ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ ਯੂਟਿਊਬ ਚੈਨਲ ਏ ਕੇ ਜੋਬਸ ਅੱਡਾ ਦੇ ਵਿੱਚ। ਤਾਂ ਅੱਜ ਅਸੀਂ ਆ ਚੁੱਕੇ ਹਾਂ PSPCL ਦੇ ਓਫੀਸ਼ੀਅਲ ਵੈਬਸਾਈਟ 'ਤੇ। ਤਾਂ ਦੋਸਤੋ, PSPCL ਦੀਆਂ ਜੋ ਵੈਕੈਂਸੀਆਂ ਨਿਕਲੀਆਂ ਸੀ, ਕਾਫੀ ਟਾਈਮ ਹੋ ਗਿਆ ਉਹਦੇ ਵਾਸਤੇ ਇਗਜ਼ਾਮ ਡੇਟ ਜੋ ਉਹਨਾਂ ਦੀ ਇਸ਼ੂ ਕਰ ਦਿੱਤੀ ਗਈ ਆ, ਉਸ ਦਾ ਹੀ ਓਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਅੱਜ ਮੈਂ ਲੈ ਕੇ ਆਇਆ। ਤੁਹਾਡੇ ਸਾਹਮਣੇ ਡਾਊਨਲੋਡ ਕਰਕੇ ਪੜ੍ਹ ਕੇ ਸੁਣਾਵਾਂਗੇ ਓਫੀਸ਼ੀਅਲ ਵੈਬਸਾਈਟ ਓਫੀਸ਼ੀਅਲ ਜੋ ਹੈ ਨੋਟੀਫਿਕੇਸ਼ਨ। ਲਓ ਜੀ ਦੋਸਤੋ, ਓਫੀਸ਼ੀਅਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸਕਰੋਲ ਕਰਦੇ ਹਾਂ, ਰਿਕੁਆਇਰਮੈਂਟ 'ਤੇ ਕਲਿੱਕ ਕਰਨਾ ਹੈ। ਰਿਕੁਆਇਰਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇੱਦਾਂ ਦਾ ਇੱਕ ਇੰਟਰਫੇਸ ਆ ਜਾਏਗਾ। ਇਹਦੇ 'ਚ ਥਰਡ ਨੰਬਰ 'ਤੇ ਜੋ ਹੈ ਰਿਕੁਆਇਰਮੈਂਟ ਫੋਰ ਦਾ ਪੋਸਟ ਆਫ ਰਿਵੈਨਿਊ ਅਕਾਊਂਟ RA ਕਲਰਕ ਨੋਨ ਟੈਕਨੀਕਲ ਐਂਡ ਜੂਨੀਅਰ ਇੰਜੀਨੀਅਰ ਇਲੈਕਟ੍ਰੀਸ਼ਨ ਅਸਿਸਟੈਂਟ ਲਾਈਨਮੈਨ। ਇਹ ਸਾਰੀਆਂ ਵੈਕੈਂਸੀਆਂ ਸਨ ਜਿਨ੍ਹਾਂ ਦੇ ਰਿਗਾਰਡਿੰਗ ਅੱਜ ਜੋ ਨੋਟੀਫਿਕੇਸ਼ਨ ਮੈਂ ਲੈ ਕੇ ਆਇਆ। ਸਭ ਤੋਂ ਪਹਿਲਾਂ ਇਹਦੇ 'ਤੇ ਕਲਿੱਕ ਕਰਨਾ ਦੋਸਤੋ। ਲਓ ਜੀ, ਮੈਂ ਕਲਿੱਕ ਕਰ ਦਿੱਤਾ, ਨਵਾਂ ਪੇਜ ਤੁਹਾਡੇ ਸਾਹਮਣੇ ਓਪਨ ਹੋ ਰਿਹਾ। ਲਓ ਜੀ ਦੋਸਤੋ, ਨਵਾਂ ਪੇਜ ਤੁਹਾਡੇ ਸਾਹਮਣੇ ਓਪਨ ਹੋ ਚੁੱਕਿਆ ਹੈ। ਨੈਕਸਟ ਪੇਜ 'ਤੇ ਜੋ ਹੈ ਸਭ ਤੋਂ ਉੱਪਰ ਹੀ ਉੱਪਰ ਫਸਟ ਨੰਬਰ 'ਤੇ ਦੋਸਤੋ ਦੇਖੋ ਇੱਕ ਨੋਟੀਫਿਕੇਸ਼ਨ ਸ਼ੋਰ ਹੋਇਆ, ਪਬਲਿਕ ਨੋਟਿਸ ਰਿਗਾਰਡਿੰਗ CRA 298/21 ਫੋਰ ਦਾ ਰਿਕੁਆਇਰਮੈਂਟ ਆਫ ਵੇਰੀਅਸ ਪੋਸਟ। ਇਹਦੇ ਉੱਤੇ ਕਲਿੱਕ ਕਰਨਾ ਹੈ। ਲਓ ਜੀ, ਮੈਂ ਕਲਿੱਕ ਕਰ ਦਿੱਤਾ ਤੁਹਾਡੇ ਸਾਹਮਣੇ, ਅਤੇ ਆਪਣੇ ਸਾਹਮਣੇ ਜੋ ਹੈ ਆਪਣੀ ਡਿਟੇਲ ਜੋ ਨੋਟੀਫਿਕੇਸ਼ਨ ਹੈ ਡਾਊਨਲੋਡ ਹੋ ਚੁੱਕਿਆ ਹੈ। ਲਓ ਜੀ, ਕਲਿੱਕ ਕਰਦੇ ਹਾਂ ਡਾਊਨਲੋਡ ਕੀਤੇ ਨੋਟੀਫਿਕੇਸ਼ਨ ਦੇ ਉੱਪਰ, ਅਤੇ PDF ਨੂੰ ਸਿਲੈਕਟ ਕਰਦੇ ਹਾਂ। ਲਓ ਜੀ ਦੋਸਤੋ, ਨੋਟੀਫਿਕੇਸ਼ਨ ਆਪਣੇ ਸਾਹਮਣੇ ਜੋ ਹੈ ਓਪਨ ਹੋ ਚੁੱਕਿਆ ਹੈ। ਤੁਹਾਡੇ ਸਾਹਮਣੇ ਮੈਂ ਪੜ੍ਹ ਕੇ ਸੁਣਾਉਣਾ ਨੋਟੀਫਿਕੇਸ਼ਨ 'ਚ ਕੀ ਹੈ। ਦੋਸਤੋ, ਵੀਡੀਓ ਅਗਰ ਅੱਛਾ ਲੱਗੇ ਤਾਂ ਪਲੀਜ਼ ਲਾਈਕ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਆਈਕੋਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਲਓ ਜੀ, ਨੋਟੀਫਿਕੇਸ਼ਨ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਵਿਗਿਆਪਨ ਨੰਬਰ CRA 298/21 ਅਧੀਨ ਵਿਗਿਆਪਨ ਵੱਖ ਵੱਖ ਅਸਾਮੀਆਂ ਦੀ ਭਰਤੀ ਸੰਬੰਧੀ PSPCL ਵੱਲੋਂ CRA 298/21 ਅਧੀਨ ਮਾਲ ਲੇਖਾਕਾਰ ਦੀਆਂ 18 ਨੰਬਰ, JE/ਇਲੈਕਟ੍ਰੀਕਲ ਦੀਆਂ 75 ਨੰਬਰ, ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀਆਂ 290 ਨੰਬਰ ਅਤੇ ਸਹਾਇਕ ਲਾਈਨਮੈਨ ਦੀਆਂ 1700 ਨੰਬਰ ਅਸਾਮੀਆਂ ਵਿਗਿਆਪਤ ਕੀਤੀਆਂ ਗਈਆਂ ਸਨ। ਕੁੱਲ 2632 ਨੰਬਰ ਇਹਨਾਂ ਅਸਾਮੀਆਂ ਸੰਬੰਧੀ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਅਤੇ ਹੁਣ ਮਿਤੀ 10/11 ਮਤਲਬ ਕਿ 10 ਨਵੰਬਰ 2021 ਤੋਂ ਮਿਤੀ 17/11/2021 ਮਤਲਬ ਕਿ 17 ਨਵੰਬਰ 2021 ਤੱਕ ਆਨਲਾਈਨ ਪ੍ਰੀਖਿਆ ਕਰਵਾਈਆਂ ਜਾਵੇਗੀ। ਪ੍ਰੀਖਿਆ ਦਾ ਸ਼ਡਿਊਲ ਜਲਦ ਹੀ PSPCL ਦੀ ਵੈਬਸਾਈਟ www.pspcl.in ਤੇ ਜਾਰੀ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ PSPCL ਦੀ ਵੈਬਸਾਈਟ ਚੈੱਕ ਕਰਦੇ ਰਹਿਣ। ਦੋਸਤੋ, ਅਗਰ ਤੁਸੀਂ ਸਮੇਂ-ਸਮੇਂ ਤੇ ਲਗਾਤਾਰ ਵੈਬਸਾਈਟ ਨਹੀਂ ਚੈੱਕ ਕਰ ਸਕਦੇ, ਤੁਹਾਡੇ ਕੋਲ ਟਾਈਮ ਨਹੀਂ ਆ, ਜਾਂ ਤੁਸੀਂ ਭੁੱਲ ਜਾਂਦੇ ਹੋ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਜੋ ਜਦੋਂ ਵੀ ਨਵਾਂ ਨੋਟੀਫਿਕੇਸ਼ਨ ਆਏਗਾ, ਜਦੋਂ ਵੀ ਨਵੇਂ ਰੋਲ ਨੰਬਰ ਆਉਣਗੇ, ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਏਗਾ ਤੁਹਾਡੇ ਯੂਟਿਊਬ ਚੈਨਲ 'ਤੇ, ਅਤੇ ਅਸੀਂ ਪੂਰੀ ਦੀ ਪੂਰੀ ਡਿਟੇਲ ਤੁਹਾਡੇ ਤੱਕ ਪਹੁੰਚਾ ਦੇਵਾਂਗੇ। ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਨਾਂ ਦੇਰੀ ਦੇ। ਤਾਂ ਦੋਸਤੋ, ਅੱਜ ਦੇ ਵੀਡੀਓ 'ਚ ਇੰਨਾ ਹੀ। ਅਗਰ ਵੀਡੀਓ ਅੱਛਾ ਲੱਗਿਆ ਤਾਂ ਪਲੀਜ਼ 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 ਲਾਈਕ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਮਿਲਦੇ ਹਾਂ ਅਗਲੇ ਵੀਡੀਓ 'ਚ, ਤਦ ਤੱਕ ਦੇ ਲਈ ਧੰਨਵਾਦ ਦੋਸਤੋ। ਗੁੱਡ ਲੱਕ, ਗੁੱਡ ਬਾਏ, ਜੈ ਹਿੰਦ ਦੋਸਤੋ।